ਨੀਤੀ ਕੋਲੇ ਰਾਜਨੀਤੀ ਢੰਗ ਜਿਵੇਂ ਕਿ ਪੁਰਾਣੇ ਸਮੇਂ ਦੇ ਵਿੱਚ ਰਾਜੇ ਰਾਜ ਕਰਦੇ ਹੁੰਦੇ ਸੀ ਉਹਨਾਂ ਕੋਲੇ ਪਾਵਰ ਹੁੰਦੀ ਸੀਗੀ ਉਹ ਕੋਈ ਵੀ ਆਪਣੇ ਪੰਜਾਬ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਬਦਲਾਅ ਕਰ ਸਕਦੇ ਸੀਗੇ ਇਸ ਤੋਂ ਬਾਅਦ ਆਇਆ ਲੋਕਤੰਤਰ ਵੀ ਲੋਕਾਂ ਦੁਆਰਾ ਜਿਹੜੀ ਸਰਕਾਰ ਚੁਣੀ ਜਾਂਦੀ ਹੈ ਵੀ ਲੋਕਾਂ ਕੋਲੇ ਪਾਵਰ ਹੈ ਵੀ ਲੋਕ ਵੀ ਬਣ ਕੇ ਜਾਂ ਲੋਕ ਆਪਣੇ ਤਰੀਕੇ ਦੇ ਨਾਲ ਸਰਕਾਰ ਚੁਣਨਗੇ ਤੇ ਆਪਣੇ ਤਰੀਕੇ ਦੇ ਨਾਲ ਰਾਜ ਕਰਨਗੇ ਪਰ ਇਹ ਨਹੀਂ ਹੋਇਆ ਕਿਉਂਕਿ ਜਿਹੜੇ ਰਾਜੇ ਨੇ ਜਿਹੜੇ ਰਾਜਿਆਂ ਦੇ ਧੀ ਪੁੱਤ ਨੇ ਉਹਨਾਂ ਨੇ ਉਹੀ ਆਪਣੀ ਗੇਮ ਖੇਡੀ ਉਹਨਾਂ ਨੇ ਕੀ ਕਰਿਆ ਸਾਡੇ ਬੁੱਧੂ ਲੋਕਾਂ ਨੇ ਸਾਡੇ ਤੋਂ ਵੋਟਾਂ ਪਵਾ ਕੇ ਸਾਡੇ ਤੋਂ ਆਪਣਾ ਰਾਜ ਕਾਇਮ ਰੱਖਿਆ ਉਹਨਾਂ ਨੇ ਉਵੇਂ ਜਿਕਰੂ ਅਸੀਂ ਗੁਲਾਮ ਹੈ ਅਸੀਂ ਆਜ਼ਾਦ ਨਹੀਂ ਹੈਗੇ ਇਹਦਾ ਆਜ਼ਾਦੀ ਦਾ ਇੱਕੋ ਇੱਕ ਤਰੀਕਾ ਜਿੰਨੇ ਵੀ ਜਾਣੇ ਤੁਸੀਂ ਮੈਨੂੰ ਸਿਆਣੇ ਸੀਨੀਅਰ ਬੰਦੇ ਜਾਂ ਨੌਜਵਾਨ ਬੰਦੇ ਇਹ ਦੇਖਦੇ ਨੇਗੇ ਜਿਨ੍ਹਾਂ ਦੇ ਵੀ ਜਿਨ੍ਹਾਂ ਦੇ ਧੀ ਪੁੱਤ ਨੇਗੇ ਜਿਨ੍ਹਾਂ ਦੇ ਧੀ ਪੁੱਤ ਨੇ ਨੌਜਵਾਨ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਦਿਖਾਉਣੀ ਮੈਂ ਨੌਜਵਾਨਾਂ ਨੂੰ ਸੰਬੋਧਨ ਕਰ ਰਿਹਾ ਕਿਉਂਕਿ ਜੋ ਵੀ ਸਾਡੇ ਬਜ਼ੁਰਗ ਜੋ ਵੀ ਕ੍ਰਾਂਤੀਕਾਰੀਆਂ ਜੋ ਵੀ ਲੜਾਈਆਂ ਲੜ ਰਹੇ ਨੇ ਉਹ ਸਾਡੇ ਨੌਜਵਾਨਾਂ ਖਾਤਰ ਲੜ ਰਹੇ ਨੇ ਉਹਨਾਂ ਦੀ ਉਮਰ ਲੰਘ ਗਈ ਉਹ ਸਾਡੇ ਆਉਣ ਵਾਲੇ ਭਵਿੱਖ ਦੇ ਲਈ ਲੜਾਈ ਲੜ ਰਹੇ ਨੇਗੇ ਮੈਂ ਜਿਹੜੀ ਅੱਜ ਕੱਲ੍ਹ ਕਹਿਣੀ ਅੱਜ ਇਹ ਕਹਿਣੀ ਆ ਵੀ ਜਿੰਨਾ ਵੀ ਸਾਡਾ ਜਿਹੜਾ ਇਹ ਦੇਖੋ ਗੰਦ ਹੈ ਗੰਦ ਹਮੇਸ਼ਾ ਰਾਜਨੀਤੀ ਦੇ ਵਿੱਚ ਹੁੰਦਾ ਹੈ ਕਿਉਂਕਿ ਰਾਜਨੀਤੀ ਲੋਕਾਂ ਕੋਲੇ ਪਾਵਰ ਹੁੰਦੀ ਹੈ ਇਹ ਜਿਹੜੀ ਪਾਵਰ ਹੁੰਦੀ ਹੈ ਪਾਵਰ ਦਾ ਗਲਤ ਇਸਤੇਮਾਲ ਕਰਦੇ ਨੇ ਲੋਕਾਂ ਦੀ ਜਿਹੜੀ ਸੇਵਾ ਜਿਵੇਂ ਕਿ ਲੋਕਾਂ ਦੀ ਸੇਵਾ ਕਰਨੀ ਉਹ ਸੇਵਾ ਦੇ ਵਿੱਚ ਇਹ ਪਾਵਰ ਦਾ ਇਸਤੇਮਾਲ ਨਹੀਂ ਕਰਦੇ ਇਹ ਆਪਣੇ ਵੱਡੇ ਵੱਡੇ ਆਪਣੇ ਇੰਡਸਟਰੀਆਂ ਫੈਕਟਰੀਆਂ ਆਪਣੇ ਧਨ ਦੌਲਤ ਇਕੱਠਾ ਕਰਨ ਦੇ ਲਈ ਇਹ ਪਾਵਰ ਨੂੰ ਇਸਤੇਮਾਲ ਕਰਦੇ ਨੇ ਆਪਣੇ ਲਈ ਪਾਵਰ ਇਸਤੇਮਾਲ ਕਰਦੇ ਨੇ ਲੋਕਾਂ ਦੇ ਲਈ ਪਾਵਰ ਇਸਤੇਮਾਲ ਨਹੀਂ ਕਰਦੇ ਹੁਣ ਤੁਸੀਂ ਜਿਹੜੀ ਇਹ ਪਾਵਰ ਹੈ ਜਿਹੜੀ ਦੇਖੋ ਇਹ ਪਾਵਰ ਹੈ ਜੇਕਰ ਚੰਗੇ ਬੰਦੇ ਨੇ ਹੱਥ ਦੇ ਵਿੱਚ ਤੁਸੀਂ ਪੰਜਾਬ ਦੇ ਲੋਕ ਇਹ ਪਾਵਰ ਦਿਓਗੇ ਤਾਂ ਤੁਹਾਡਾ ਆਉਣ ਵਾਲਾ ਭਵਿੱਖ ਵਧੀਆ ਹੋਊਗਾ ਆਉਣ ਵਾਲਾ ਭਵਿੱਖ ਕਿਵੇਂ ਵਧੀਆ ਹੋਊਗਾ ਮੈਂ ਸਭ ਤੋਂ ਪਹਿਲਾਂ ਜਿਹੜੀ ਨੌਜਵਾਨਾਂ ਨੂੰ ਸੰਬੋਧਨ ਕਰਨਾ ਚਾਹੁੰਦਾ ਕਿਉਂਕਿ ਨੌਜਵਾਨ ਰੀੜ੍ਹ ਦੀ ਹੱਡੀ ਨੇਗੇ ਜੇਕਰ ਕਿਸੇ ਵੀ ਕ੍ਰਾਂਤੀਕਾਰੀ ਦੇ ਵਿੱਚ ਹੱਥ ਆ ਜੇਕਰ ਜਦੋਂ ਨੌਜਵਾਨ ਅੱਗੇ ਆਉਂਦੇ ਨੇ ਕਿਸੇ ਵੀ ਕ੍ਰਾਂਤੀਕਾਰੀ ਦੇ ਵਿੱਚ ਅੱਗੇ ਆਉਂਦੇ ਨੇ ਤਾਂ ਕ੍ਰਾਂਤੀਕਾਰੀਆਂ ਤਾਂ ਦੇਸ਼ ਜਿਹੜਾ ਚੱਲਦਾ ਉਹ ਨੌਜਵਾਨਾਂ ਦੇ ਸਿਰ 'ਤੇ ਹੀ ਚੱਲਦਾ ਹੁੰਦਾ ਕਿਉਂਕਿ ਆਪਣਾ ਭਾਰਤ ਗੁਲਾਮ ਹੋਇਆ ਜਦੋਂ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਵਰਗਿਆਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਇਹ ਦੇਸ਼ ਆਜ਼ਾਦ ਹੋਇਆ ਇਹ ਕੋਈ ਗਾਂਧੀ ਦੇ ਚਰਖਿਆਂ ਦੇ ਨਾਲ ਦੇਸ਼ ਆਜ਼ਾਦ ਨਹੀਂ ਹੋਇਆ ਮੈਂ ਤੁਹਾਨੂੰ ਸਪਸ਼ਟ ਗੱਲ ਕਹਿ ਦੇਣਾ ਚਾਹੁੰਦਾ ਕਿਉਂਕਿ ਜਿਹੜੇ ਪੂਰੇ ਭਾਰਤ ਦੇ ਲੋਕ ਦੇਖਦੇ ਨੇਗੇ ਤੁਸੀਂ ਪੰਜਾਬ ਦਾ ਸਾਡਾ ਕਰਜ਼ਾ ਕਿਤੇ ਨਹੀਂ ਉਤਾਰ ਸਕਦੇ ਕਿਉਂਕਿ ਜੇਕਰ ਤੁਹਾਨੂੰ ਆਜ਼ਾਦ ਕਰਾਇਆ ਸਾਡੇ ਰਾਜਗੁਰੂ ਭਗਤ ਸਿੰਘ ਨੌਜਵਾਨਾਂ ਨੇ ਹੀ ਸਾਡਿਆਂ ਨੇ ਆਜ਼ਾਦ ਕਰਵਾਇਆ ਨੌਜਵਾਨਾਂ ਨੂੰ ਸੰਬੋਧਨ ਕਰਨ ਦੀ ਗੱਲ ਇਹ ਕਿ ਨੌਜਵਾਨ ਜਿਹੜਾ ਗੰਦ ਜਿਵੇਂ ਗੰਦ ਦੀ ਢੇਰੀ ਆ ਇੱਕ ਦਿਨ ਮੈਂ ਪਹਿਲਾਂ ਵੀ ਇਸ ਗੰਦ ਦੀ ਢੇਰੀ ਦੀ ਗੱਲ ਕਰੀ ਸੀਗੀ ਵੀ ਇਹ ਗੰਦ ਦੀ ਆ ਇੱਕ ਢੇਰੀ ਆ ਇਹ ਕਿਹੜੀ ਢੇਰੀ ਹੈ ਗੰਦ ਦੀ ਢੇਰੀ ਆ ਮੈਂ ਤੁਹਾਨੂੰ ਉਦਾਹਰਨ ਦੇ ਕੇ ਸਮਝਾ ਦੇਣਾ ਚਾਹੁੰਦਾ ਥੋੜਾ ਕੈਮਰਾ ਥੱਲੇ ਕਰੋ ਜੀ ਇਹ ਇੱਕ ਗੰਦ ਦੀ ਢੇਰੀ ਹੈ ਇਹ ਦੇਖੋ ਇਹ ਗੰਦ ਦੀ ਢੇਰੀ ਲੱਗੀ ਪਿਆ ਰਾਜਨੀਤੀ ਲੋਕ ਨੇਗੇ ਇਹ ਗੰਦ ਦੀ ਢੇਰੀ ਦੇ ਵਿੱਚ ਰਾਜਨੀਤੀ ਲੋਕ ਨੇਗੇ ਇਹ ਗੰਦ ਦੀ ਢੇਰੀ ਨੂੰ ਤੁਸੀਂ ਸਾਫ਼ ਕਰਨਾ ਨੌਜਵਾਨਾਂ ਨੇ ਜੇਕਰ ਇਹ ਢੇਰੀ ਨੂੰ ਤੁਸੀਂ ਗੰਦ ਦੀ ਢੇਰੀ ਨੂੰ ਚੱਕ ਦੋਗੇ ਤਾਂ ਤੁਹਾਡਾ ਆਉਣ ਵਾਲਾ ਭਵਿੱਖ ਵਧੀਆ ਹੋਊਗਾ ਇਹ ਗੰਦ ਦੀ ਢੇਰੀ ਨੂੰ ਚੱਕਿਆ ਕਿਵੇਂ ਜਾਊਗਾ ਹੁਣ ਸਭ ਤੋਂ ਵੱਡੀ ਗੱਲ ਹੈ ਜਿਹੜੀ ਰਾਜਨੇਤਾ ਵਾਲੀ ਗੰਦ ਦੀ ਢੇਰੀ ਨੂੰ ਚੱਕਿਆ ਕਿਵੇਂ ਜਾਊਗਾ ਚੱਕਣ ਦਾ ਇੱਕੋ ਹੀ ਕਾਰਨ ਹੈ ਕਿ ਗੰਦ ਦੀ ਢੇਰੀ ਦੇ ਵਿੱਚ ਪਹਿਲਾਂ ਆਪ ਵੜਨਾ ਪਊਗਾ ਆਪ ਨੂੰ ਲਿਬੜਨਾ ਪਊਗਾ ਫਿਰ ਕਿਤੇ ਗੰਦ ਦੀ ਢੇਰੀ ਨੂੰ ਤੁਸੀਂ ਜਾ ਕੇ ਚੱਕ ਸਕਦੇ ਹੋ ਸੰਨ 1985 ਦੀ ਗੱਲ ਹੈ ਜਿਹੜੀ ਮੈਂ ਤੁਹਾਨੂੰ ਅੱਜ ਗੱਲ ਦੱਸਣੀ ਆ ਕੇਰਲਾ ਦੀ ਗੱਲ ਹੈ ਕੇਰਲਾ ਦੇ ਵਿੱਚ ਸੰਨ 1985 ਦੇ ਵਿੱਚ ਕੀ ਹੋਇਆ ਉਹਨਾਂ ਦੇ ਰਾਜਨੇਤਾ ਨੇ ਬਹੁਤ ਵੱਡਾ ਗੰਦ ਪਾਇਆ ਕਿਉਂਕਿ ਉਹ ਆਪਣੇ ਤਰੀਕੇ ਦੇ ਨਾਲ ਜਿਹੜੇ ਪੁਰਾਣੇ 40-40 ਸਾਲ ਤੋਂ 50-50 ਸਾਲ ਤੋਂ ਰਾਜ ਕਰਦੇ ਆਉਂਦੇ ਸੀਗੇ ਉਹਨਾਂ ਨੇ ਗੰਦ ਪੂਰਾ ਪਾਇਆ ਹੋਇਆ ਸੀ ਜਿਵੇਂ ਕਿ ਹੁਣ ਆਪਣੇ ਪੰਜਾਬ ਦੇ ਵਿੱਚ ਪੂਰਾ ਫੁੱਲ ਗੰਦ ਪਾਇਆ ਹੋਇਆ ਬੇਸ਼ੱਕ ਜਿਹੜੇ ਬਿੱਲ ਪਾਸ ਹੋਏ ਨੇ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਇਹ ਬਿੱਲ ਮੋਦੀ ਨੇ ਪਾਸ ਨਹੀਂ ਕਰੇ ਇਹ ਤੁਹਾਨੂੰ ਇਸ ਗੱਲ ਤੇ ਸਮਝਣਾ ਪੈਣਾ ਇਸ ਗੱਲ ਤੇ ਵਿਚਾਰਨਾ ਪੈਣਾ ਇਹ ਬਿੱਲ ਸਾਡੇ ਜਿਹੜੇ ਰਾਜਨੀਤੀ ਬੰਦੇ ਨੇ ਜਿਹੜੇ ਸਾਡੇ ਪੰਜਾਬ ਨੂੰ ਚਲਾ ਰਹੇ ਨੇਗੇ MLA MP ਲੋਕ ਸਭਾ ਮੈਂਬਰ ਉਹਨਾਂ ਦੇ ਕਰਕੇ ਸਾਡੇ ਪੰਜਾਬ ਦੇ ਵਿੱਚ ਬਿੱਲ ਪਾਸ ਹੋਏ ਨੇ ਮੋਦੀ ਨੇ ਬਿੱਲ ਨਹੀਂ ਪਾਸ ਕਰੇ ਇਹਨਾਂ ਦੀ ਸਹਿਮਤੀਆਂ ਦੇ ਨਾਲ ਬਿੱਲ ਪਾਸ ਹੋਏ ਨੇ ਮੋਦੀ ਇੱਕ ਵਪਾਰਿਕ ਬੰਦਾ ਮੋਦੀ ਪੰਜਾਬ ਨੂੰ ਨਹੀਂ ਪਿਆਰ ਕਰਦਾ ਮੋਦੀ ਗੁਲਾਮ ਕਰਨਾ ਚਾਹੁੰਦਾ ਸੰਨ 1985 ਦੇ ਵਿੱਚ ਉਹਨਾਂ ਨੇ ਕੀ ਕਰਿਆ ਸਟੂਡੈਂਟਾਂ ਨੇ ਕੋਈ ਬੰਦਾ ਉਹਨਾਂ ਦੇ ਵਿੱਚੋਂ ਵਿਆਹਿਆ ਨਹੀਂ ਸੀਗਾ ਨੌਜਵਾਨ ਤੁਹਾਨੂੰ ਮੈਂ ਗੱਲ ਦੱਸਣਾ ਚਾਹੁੰਦਾ ਜਿੰਨੇ ਵੀ ਨੌਜਵਾਨ ਰਾਜਨੀਤੀ ਦੇ ਵਿੱਚ ਅੱਗੇ ਆਏ ਨੌਜਵਾਨ ਰਾਜਨੀਤੀ ਦੇ ਵਿੱਚ ਅੱਗੇ ਆ ਕੇ ਉਹਨਾਂ ਨੇ ਆਪਣੀ ਕੇਰਲਾ ਦੇ ਵਿੱਚ ਸਰਕਾਰ ਬਣਾਈ ਸਾਨੂੰ ਅਸਾਮ ਦੇ ਵਿੱਚ ਮੈਂ ਇੱਥੋਂ ਗਲਤੀ ਹੋ ਗਈ ਮੈਂ ਕੇਰਲਾ ਅਸਾਮ ਦੀ ਗੱਲ ਕਰਨੀ ਸੀਗੀ ਮੈਂ ਅਸਾਮ ਦੀ ਗੱਲ ਸੀਗੀ ਅਸਾਮ ਦੇ ਵਿੱਚ ਸਾਨੂੰ 1985 ਦੇ ਵਿੱਚ ਸਰਕਾਰ ਬਣਾਈ ਜਦੋਂ 1985 ਦੇ ਵਿੱਚ ਸਰਕਾਰ ਬਣਾਈ ਉਹਨਾਂ ਨੇ ਸਾਰੇ ਪੜ੍ਹੇ ਲਿਖੇ ਨੌਜਵਾਨਾਂ ਨੇ ਸਟੂਡੈਂਟਾਂ ਨੌਜਵਾਨਾਂ ਨੇ ਸਰਕਾਰ ਬਣਾਈ ਸਰਕਾਰ ਬਣਾ ਕੇ ਆਪਣੇ ਅਸਾਮ ਦੀ ਤਰੱਕੀ ਕਰੀ ਉਹਨਾਂ ਨੇ ਇਸ ਗੱਲ ਕਰਕੇ ਉਹਨਾਂ ਨੇ ਪਾਰਟੀ ਦਾ ਨਾਂ ਰੱਖਿਆ ਹਾਂ ਆਪਣਾ ਅਸਾਮ ਗਨ ਪ੍ਰਸਿੱਧ ਰੱਖਿਆ ਕਿਉਂਕਿ ਮੈਂ ਥੋੜ੍ਹਾ ਕਈ ਵਾਰੀ ਕਈ ਲਫ਼ਜ਼ ਮੈਥੋਂ ਨਾ ਬੋਲਣ 'ਚ ਮੈਥੋਂ ਉਲਟਾ ਫੁਲਟਾ ਹੋ ਜਾਂਦੇ ਨੇ ਕਈ ਲਫ਼ਜ਼ ਨਾ ਆਪਾਂ ਲਫ਼ਜ਼ਾਂ ਦੀ ਬੋਲਣ ਦੀ ਅਲੱਗ ਅਲੱਗ ਤਰੀਕੇ ਉਹਨਾਂ ਨੇ ਆਪਣੀ ਪਾਰਟੀ ਦਾ ਨਾਂ ਰੱਖਿਆ ਉਹਨਾਂ ਨੇ ਸਰਕਾਰ ਬਣਾਈ ਨੌਜਵਾਨ ਅੱਗੇ ਆਏ ਤੇ ਉਹਨਾਂ ਨੇ ਆਪਣੇ ਸਟੇਟ ਦੀ ਆਪਣੇ ਰਾਜ ਦੀ ਤਰੱਕੀ ਕਰੀ ਨੌਜਵਾਨ ਅੱਗੇ ਆ ਕੇ ਦੇਖੋ ਹੁਣ ਦੇਖੋ ਅਸਾਮ ਆਪਣੇ ਤੋਂ ਕਿੱਥੇ ਅੱਗੇ ਹੈ ਅਸਾਮ ਆਪਣੇ ਪੰਜਾਬ ਤੋਂ ਕਿੱਥੇ ਅੱਗੇ ਪਰ ਜੇਕਰ ਅਸਾਮ ਤੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਧਰਤੀ ਤੇ ਅਸਾਮ ਦੀ ਧਰਤੀ ਦੀ ਗੱਲ ਕਰੀਏ ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ
ਜਾਂ ਪੰਜਾਬ ਦੇ ਵਾਤਾਵਰਨ ਦੀ ਗੱਲ ਕਰੀਏ, ਪੰਜਾਬ ਕਿਤੇ ਦੁਨੀਆ ਦੇ ਵਿੱਚੋਂ ਪੰਜਾਬ ਦੀ ਧਰਤੀ ਕਿਤੇ ਜ਼ਿਆਦਾ ਅੱਗੇ ਆ ਸਾਰੀਆਂ ਚੀਜ਼ਾਂ ਨੂੰ ਲੈ ਕੇ। ਇਹ ਚੀਜ਼ਾਂ ਨੂੰ ਸੋਚਦੇ ਹੋਏ ਪੰਜਾਬ ਅੱਜ ਸਾਰੇ ਤੋਂ ਥੱਲੇ ਜਾਈ ਜਾਂਦਾ ਪੰਜਾਬ ਦਾ ਗ੍ਰਾਫ। ਉੱਧਰੋਂ ਮੋਦੀ ਕੀ ਚਾਹੀਏ ਦਾ, ਮੋਦੀ ਇੱਕੋ ਗੱਲ ਚਾਹੁੰਦਾ ਕਿ ਪੰਜਾਬ ਦੇ ਪੰਜਾਬੀਆਂ ਨੂੰ ਅਤੇ ਪੰਜਾਬ ਦੀ ਕੌਮ ਨੂੰ ਖਤਮ ਕੀਤਾ ਜਾਵੇ, ਕਿਉਂਕਿ ਜਿਹੜੇ ਵੀ ਕਿਸੇ ਪਾਸੇ ਲਹਿਰ ਲਿਆਉਂਦੇ ਨੇ, ਪੰਜਾਬੀ ਲਹਿਰ ਲਿਆਉਂਦੇ ਨੇ, ਇਹਨਾਂ ਨੂੰ ਚੰਗੀ ਤਰ੍ਹਾਂ ਗੁਲਾਮ ਬਣਾ ਕੇ ਰੱਖਿਆ ਜਾਵੇ। ਗੁਲਾਮ ਬਣਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਇਹਨਾਂ ਦੇ ਵਿੱਚ ਜਿਹੜੀ ਰਾਜਨੀਤੀ ਆਪਣੀ ਕਾਇਮ ਕਰੋ, ਇਹਨਾਂ ਦੇ ਵਿੱਚ ਲੀਡਰਸ਼ਿਪ ਆਪਣੀ ਕਾਇਮ ਕਰੋ। ਇਹ ਇੱਕੋ ਹੀ ਜਿਵੇਂ ਕਿ ਪਿੱਛੋਂ ਮੁਗਲ ਕਰਦੇ ਸੀ, ਇੱਕੋ ਹੀ ਧਰਮ ਵੀ ਇੱਕੋ ਹੀ ਸਾਰੇ ਧਰਮ ਹੋਵੇ ਪੂਰੇ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ, ਉਹੀ ਨੀਤੀਆਂ ਸਾਡੀਆਂ ਮੋਦੀ ਅਪਣਾਈ ਜਾਂਦਾ। ਇਹਦੇ ਵਿੱਚ ਸਾਡਾ ਮੋਦੀ ਦਾ ਸਾਥ ਕੌਣ ਦੇ ਰਹੇ ਨੇ, ਸਾਡੇ ਲੀਡਰ, ਪੰਜਾਬ ਦੇ ਲੀਡਰ ਸਾਥ ਦੇ ਰਹੇ ਨੇਗੇ। ਮੈਂ ਨੌਜਵਾਨਾਂ ਨੂੰ ਇੱਕੋ ਹੀ ਗੱਲ ਜਾਗਰੂਕ ਕਰ ਰਹੀ ਸੀ, ਜਿੰਨੇ ਵੀ ਪੜ੍ਹੇ ਲਿਖੇ ਸਾਡੇ ਨੌਜਵਾਨ ਬੇਰੁਜ਼ਗਾਰ ਤੁਰੇ ਫਿਰਦੇ ਨੇ, ਐੱਮਏ ਬੀਐਡ, ਦੇਖੋ ਜਦੋਂ ਮੈਂ ਇੱਧਰੋਂ ਤਾਂ ਆਪਣਾ ਤੁਹਾਨੂੰ ਪਤਾ ਵੀ ਦਸ ਵੀ ਘੱਟੋ ਘੱਟ ਮੇਰੇ ਸਾਹਮਣੇ 2,000-3,000 ਪਤਾ ਨਹੀਂ ਕਿੰਨੀ ਗੱਡੀ ਹੋਣੀ, ਜਦੋਂ ਅਸੀਂ ਪਟਿਆਲੇ ਰੋਸ ਮਾਰਚ ਕਰਨ ਗਏ ਸੀਗੇ, ਉਹਦੇ ਵਿੱਚ ਸਾਡੇ ਟੀਚਰ ਯੂਨੀਅਨ ਟੀਚਰ ਯੂਨੀਅਨ ਦੇ ਵਿੱਚ ਬਹੁਤ ਵੱਡੇ ਸਾਡੇ ਨਾਲ ਬੇਰੁਜ਼ਗਾਰ ਟੀਚਰ ਯੂਨੀਅਨ ਦੇ ਸਾਡੇ ਨਾਲ ਨੌਜਵਾਨ ਸ਼ਾਮਲ ਹੋਏ। ਜਿਹੜੇ ਉਹ ਨੌਜਵਾਨ ਲਾਈਵ ਸੁਣ ਰਹੇ ਨੇ, ਮੈਂ ਉਹਨਾਂ ਨੂੰ ਵੀ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ, ਜਿੰਨੇ ਵੀ ਤੁਸੀਂ ਬੇਰੁਜ਼ਗਾਰ ਨੌਜਵਾਨ ਹੋ, ਪੰਜਾਬ ਦੇ ਵਿੱਚ ਕੋਈ ਅਜਿਹਾ ਮੰਨ ਕੇ ਚੱਲ ਨੌਜਵਾਨ ਰਾਜਨੀਤੀ ਪੋਲੀਟੀਸ਼ੀਅਨ ਦੇ ਵਿੱਚ ਅੱਗੇ ਆਓ ਜੇ, ਕਿਉਂਕਿ ਜਿਹੜੀ ਗੰਦ ਦੀ ਢੇਰੀ ਹੈ ਇਹਨੂੰ ਨੌਜਵਾਨ ਚੱਕ ਸਕਦੇ ਨੇ, ਹੋਰ ਨਹੀਂ ਕੋਈ ਚੱਕ ਸਕਦਾ। ਹੁਣ ਇਕੱਲੇ ਇਕੱਲੇ ਨੌਜਵਾਨ ਨੂੰ ਇਸ ਪ੍ਰਤੀ ਜਾਗਰੂਕ ਹੋਣਾ ਪੈਣਾ, ਕਿਉਂਕਿ ਅਸੀਂ ਚਮਚਿਆਂ ਦੇ ਪਿੱਛੇ ਲੱਗ ਕੇ ਵੋਟਾਂ ਬਹੁਤ ਪਾਲੀਆਂ, ਚਮਚਿਆਂ ਦੇ ਪਿੱਛੇ ਵੋਟਾਂ ਪਿੱਛੇ ਬਹੁਤ ਅਲੱਗ ਅਲੱਗ ਪਾਲੀਆਂ ਅਕਾਲੀਆਂ ਦੇ, ਜਿਵੇਂ ਸਾਡੇ ਹੁਣ ਅਕਾਲੀ ਚਮਚੇ ਸੀਗੇ ਸਾਡੇ ਪਿੰਡ ਦੇ ਵਿੱਚ, ਕਾਂਗਰਸੀ ਚਮਚੇ ਸੀਗੇ, ਆਮ ਆਦਮੀ ਪਾਰਟੀ ਵਾਲੇ, ਜੋ ਵੀ ਚਮਚੇ ਨੇਗੇ ਸਾਰੇ ਚਮਚਿਆਂ ਦੇ ਪਿੱਛੇ ਰੱਖ ਕੇ ਵੋਟਾਂ ਬਹੁਤ ਪਾਲੀਆਂ। ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਸਿਸਟਮ ਹੋਣਾ ਚਾਹੀਦਾ ਜਿਹੜਾ ਅਸੀਂ ਸੰਤਾਪ ਅੱਜ ਸੜਕਾਂ 'ਤੇ ਬੈਠ ਕੇ ਹੰਢਾ ਰਹੇ ਹਾਂ, ਜਿਹੜਾ ਅਸੀਂ ਤੁਹਾਨੂੰ ਪਤਾ ਵੀ ਅਸੀਂ ਦੁੱਖ ਸੜਕਾਂ 'ਤੇ ਬੈਠ ਕੇ ਹੰਢਾ ਰਹੇ ਹਾਂ, ਇਹ ਆਉਣ ਵਾਲੇ ਸਮੇਂ ਦੇ ਵਿੱਚ 2022 ਤੋਂ ਬਾਅਦ ਇਹ ਦੁੱਖ ਸਾਨੂੰ ਨਾ ਹੰਢਾਉਣਾ ਪਵੇ, 2022 ਤੋਂ ਬਾਅਦ ਸਾਨੂੰ ਇਸ ਦੁੱਖ ਸੰਤਾਪ ਨਾ ਹੰਢਾਉਣਾ ਪਵੇ। ਆਪਾਂ ਆਪਣਾ ਅਸਾਮ ਵਾਲੀ ਜਿਹੜੀ ਉਦਾਹਰਣਾ, ਜਿਹੜੀ ਮੈਂ ਤੁਹਾਨੂੰ ਅੱਜ ਅਸਾਮ ਵਾਲੀ ਗੱਲ ਬਾਰੇ ਦੱਸਣਾ ਸੀਗਾ, ਪੰਜਾਬ ਦੇ ਨੌਜਵਾਨ ਦੇਖੋ ਇੱਕ ਗੱਲ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ, ਕਈ ਮੇਰੇ ਸੀਨੀਅਰ ਲੋਕ ਇੱਥੇ ਲਾਈਵ ਸੁਣਦੇ ਹੋਣਗੇ, ਮੇਰੀ ਗੱਲਬਾਤ ਸੁਣਦੇ ਹੋਣਗੇ, ਮੈਂ ਉਹਨਾਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ, ਕਿਉਂਕਿ ਤੁਹਾਡੇ ਜਿਹੜੇ ਧੀ ਪੁੱਤ ਨੌਜਵਾਨ ਨੇਗੇ, ਤੁਸੀਂ ਇਹ ਗੱਲ ਕਹਿਣੋ ਵੀ ਨੌਜਵਾਨਾਂ ਦੀ ਗੱਲ ਕਰੀਆਂ, ਨੌਜਵਾਨ ਤੁਹਾਡੇ ਆਪਦੇ ਬੱਚੇ ਨੇ, ਅਸੀਂ ਤੁਹਾਡੇ ਆਪਣੇ ਬੱਚੇ ਹਾਂ, ਕੋਈ ਅਸੀਂ ਉੱਪਰੋਂ ਡੇਕੇ ਤਾਂ ਨਹੀਂ ਆਏ ਨਹੀਂ ਗੇ, ਅਸੀਂ ਤੁਸੀਂ ਪਹਿਲਾਂ ਤੁਸੀਂ ਆਪ ਹੀ ਨੌਜਵਾਨ ਰਹੇ ਹੋ। ਜਿਹੜੇ ਨੌਜਵਾਨਾਂ ਦੇ ਵਿੱਚ ਜਜ਼ਬਾ ਹੁੰਦਾ ਉਹ ਵੱਡੀ ਉਮਰ ਦੇ ਵਿੱਚ ਨਹੀਂ ਜਜ਼ਬਾ ਹੁੰਦਾ, ਜਿਹੜੀ ਕਿਸੇ ਵੀ ਕ੍ਰਾਂਤੀਕਾਰੀ ਲਿਆਉਣ ਦੇ ਵਿੱਚ, ਚੇਂਜ ਲਿਆਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਹੁੰਦਾ ਨੌਜਵਾਨਾਂ ਦਾ। ਇਸ ਕਰਕੇ ਨੌਜਵਾਨ ਇਸ ਚੀਜ਼ ਦੇ ਵਿੱਚ ਅੱਗੇ ਆਓ, ਨਾ ਕਿ ਅਸੀਂ ਜਿਹੜਾ ਜਿਵੇਂ ਕਿ ਹੁਣ ਅਮਰੀਕਾ ਹੈ, ਅਮਰੀਕਾ ਜਾਂ ਕਨੇਡਾ ਕੀ ਚਾਹੁੰਦੀਆਂ ਨੇਗੀਆਂ, ਅਮਰੀਕਾ ਦੇ ਕਨੇਡਾ ਸਾਡੀ ਕਰੀਮ ਨੂੰ ਲਾਹ ਕੇ ਲਿਜਾ ਰਹੀਆਂ ਨੇਗੀਆਂ। ਸਾਡੀ ਕਰੀਮ ਕਿਹੜੀ ਆ, ਸਾਡੀ ਕਰੀਮ ਉਹ ਆ ਜਿਹੜੀ ਪਲੱਸ ਟੂ ਦੇ ਵਿੱਚ 80-90% ਨੰਬਰ ਲੈ ਕੇ ਪਾਸ ਹੁੰਦੀ ਹੈ, ਜਿਹੜੇ ਚੰਗੀ ਸਟੱਡੀ ਦੇ ਵਿੱਚ ਚੰਗੀ ਉਹਨਾਂ ਦੀ ਪੜ੍ਹਾਈ ਹੈ, ਉਹ ਕਰੀਮ ਉਹਨਾਂ ਨੇ ਇੱਕ ਆਈਲੈਟਸ ਦਾ ਤਰੀਕਾ ਚਲਾ ਲਿਆ ਬਾਹਰਲੇ ਦੇਸ਼ਾਂ ਨੇ ਵੀ, ਨਾਲੇ ਤਾਂ ਅਸੀਂ ਪੰਜਾਬ ਤੋਂ ਨਾਲੇ ਤਾਂ ਅਸੀਂ ਪੰਜਾਬ ਤੋਂ ਪੈਸਾ ਲੈ ਕੇ, ਪੈਸਾ ਲਓ ਉਹ ਦੇਸ਼ ਕਿਉਂਕਿ ਬਹੁਤ ਅੱਗੇ ਨੇ, ਉਹਨਾਂ ਦੇਸ਼ਾਂ ਦੀ ਤਕਨੀਕ ਬਹੁਤ ਹੈ, 30-30 ਲੱਖ ਰੁਪਇਆ ਇੱਕ ਨੌਜਵਾਨ ਲੈ ਕੇ ਕੈਨੇਡਾ ਅਮਰੀਕਾ ਸਾਡਾ ਨੌਜਵਾਨ ਜਾ ਰਿਹਾ, 30-30 ਲੱਖ ਰੁਪਇਆ ਫੀਸ ਲੈ ਕੇ ਨੌਜਵਾਨ ਜਾ ਰਿਹਾ। ਬਾਕੀ ਜਿਹੜੀ ਸਾਡੀ ਦੁੱਧ ਹੈ, ਦੁੱਧ ਤੋਂ ਕਰੀਮ ਲਾਹ ਕੇ ਲਿਜਾ ਰਹੇ ਨੇ ਉਹ ਪੜ੍ਹੇ ਲਿਖੇ ਨੌਜਵਾਨ, ਕਰੀਮ ਉਹ ਉੱਥੇ ਜਾ ਕੇ ਉਸ ਦੇਸ਼ ਦਾ ਮੰਨ ਕੇ ਚੱਲ, ਜੇਕਰ ਕੈਨੇਡਾ ਅਮਰੀਕਾ ਦੇ ਜਿਹੜੇ ਗੋਰੇ ਨੇ ਉਹਨਾਂ ਦੇ ਕੋਲ ਐਡਾ ਕੋਈ ਦਿਮਾਗ ਨਹੀਂ ਹੈਗਾ, ਉਹਨਾਂ ਨੂੰ ਸਾਡੇ ਪੜ੍ਹੇ ਲਿਖੇ ਨੌਜਵਾਨ ਉਹਨਾਂ ਨੂੰ ਚਲਾ ਰਹੇ ਨੇ, ਉਹਨਾਂ ਦੇ ਵਿੱਚ ਰੁਜ਼ਗਾਰ ਸਾਡੇ ਨੌਜਵਾਨਾਂ ਨੇ ਪੈਦਾ ਕਰਤੇ, ਕਿਉਂਕਿ ਉਹ 30 ਲੱਖ ਰੁਪਏ ਨਾਲ ਤਾਂ ਨੌਜਵਾਨ ਇੱਧਰ ਲੈ ਗਿਆ, ਨਾਲੇ ਉੱਥੇ ਜਾ ਕੇ ਉਹਨਾਂ ਦੇ ਸਿਸਟਮ ਦੇ ਵਿੱਚ, ਉਹਨਾਂ ਦੇ ਕੰਮ ਦੇ ਵਿੱਚ ਤਬਦੀਲੀ ਨੌਜਵਾਨ ਜਾ ਕੇ ਕਰਦਾ। ਡਾਕਟਰ ਫੀਲਡ ਦੇ ਵਿੱਚ ਬੇਸ਼ੱਕ ਫੇਸਬੁੱਕ ਦੀ ਗੱਲ ਕਰ ਲਓ, ਜੋ ਵੀ ਸੋਸ਼ਲ ਨੈਟਵਰਕ, ਜੋ ਵੀ ਉਹਨਾਂ ਦੇ ਕੰਮ ਕਰਨੇ, ਇਹਨਾਂ ਦੇ ਵਿੱਚ ਸਾਡਾ ਅਹਿਮ ਰੋਲ ਸਾਡੇ ਪੰਜਾਬੀ ਨੌਜਵਾਨਾਂ ਦਾ, ਸਭ ਤੋਂ ਵੱਡਾ ਰੋਲ ਸਾਡੇ ਪੰਜਾਬੀ ਨੌਜਵਾਨ ਜਿਹੜਾ ਉਹ ਰੋਲ ਪੈਦਾ ਕਰ ਰਹੇ ਨੇ। ਇਹੀ ਰੋਲ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਨੀ ਸੀ ਵੀ ਕੈਨੇਡਾ ਅਮਰੀਕਾ ਜਾਣ ਦੀ ਬਜਾਏ ਤੁਸੀਂ ਮੇਰੇ ਨਾਲ, ਮੈਂ ਪੜ੍ਹਾਈ ਦੇ ਵਿੱਚ ਹੁਸ਼ਿਆਰ ਨਹੀਂ ਰਿਹਾ, ਮੈਂ ਸਪਸ਼ਟ ਗੱਲ ਕਹਿਣਾ ਚਾਹੁੰਦਾ, ਜਿਹੜੇ 80-90% ਲੈ ਕੇ ਨੌਜਵਾਨ ਪਾਸ ਹੁੰਦੇ ਨੇਗੇ, ਉਹਨਾਂ ਨੂੰ ਮੈਂ ਇੱਕੋ ਹੀ ਬੇਨਤੀ ਕਰਦਾ ਵੀ ਤੁਸੀਂ ਨੌਜਵਾਨ ਇੱਕ ਵਾਰ 2022 ਦੇ ਵਿੱਚ ਇਹ ਨੌਜਵਾਨ ਆਪਣੇ ਪੰਜਾਬ ਦੀ ਗੰਧ ਸਾਫ਼ ਕਰਨ ਨੂੰ, ਸਾਰੇ ਨੌਜਵਾਨ ਜਿਹੜੇ ਪੜ੍ਹੇ ਲਿਖੇ 80-90% ਨੌਜਵਾਨ ਪਲੱਸ ਟੂ ਪਾਸ ਕਰਦੇ ਨੇਗੇ, ਮਾਸਟਰ ਪਾਸ ਕਰਦੇ ਨੇ ਜਾਂ ਬੈਚੁਲਰ ਡਿਗਰੀਆਂ ਪਾਸ ਕਰਦੇ ਨੇਗੇ, ਜਾਂ ਉਹਨਾਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਆ ਵੀ ਤੁਸੀਂ 2022 ਆਪਣਾ ਜਿਹੜਾ ਪੰਜਾਬ ਹੈ ਨੌਜਵਾਨ, ਇਸ ਨੂੰ ਸੰਵਾਰਨ ਦੇ ਵਿੱਚ ਲਾਓ, ਤੁਸੀਂ ਜੋ ਕਿ ਆਪਣਾ ਜਿਹੜਾ, ਜੇਕਰ ਤੁਸੀਂ ਆਪਣਾ ਪੰਜਾਬ ਨੂੰ ਸੰਵਾਰ ਲਿਆ, ਆਪਣਾ ਪੰਜਾਬ ਇੰਨਾ ਤਰੱਕੀ 'ਤੇ ਹੋ ਜਾਣਾ, ਆਪਾਂ ਨੂੰ ਕਿਸੇ ਨੌਜਵਾਨ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ, ਆਪਾਂ ਨੂੰ ਜਿਹੜਾ ਕੈਨੇਡਾ ਅਮਰੀਕਾ ਹੈ ਜਾਂ ਉਹਨਾਂ ਦੇ ਵਰਗਾ ਸੰਵਿਧਾਨ, ਉਹਨਾਂ ਦੇ ਵਰਗੇ ਕਾਨੂੰਨ ਤੁਸੀਂ ਆਪਣੇ ਪੰਜਾਬ ਦੇ ਵਿੱਚ ਪੈਦਾ ਕਰ ਸਕਦੇ ਹੋ, ਕਿਉਂਕਿ ਇਹ ਪੜ੍ਹੇ ਲਿਖੇ ਨੌਜਵਾਨ ਪੈਦਾ ਕਰ ਸਕਦੇ ਨੇ। ਮੈਂ ਇੱਕੋ ਹੀ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ, ਕਈਆਂ ਨੂੰ ਇਹ ਗੱਲ ਹੋਣਾ ਨੌਜਵਾਨਾਂ ਨੂੰ ਵੀ ਅਸੀਂ ਕੀ ਕਰ ਸਕਦੇ ਹਾਂ,
ਤੁਹਾਡੇ ਕੋਲੇ ਬਹੁਤ ਵੱਡੀ ਪਾਵਰ ਆ ਜਿਹੜੇ 40-40, 50-50 ਸਾਲ ਤੋਂ ਬਾਦਲ ਘਰਾਣੇ ਜਾਂ ਕੈਪਟਨ ਘਰਾਣੇ ਰਾਜ ਕਰਦੇ ਹੁੰਦੇ ਨੇ। ਮੈਨੂੰ ਇੱਕੋ ਵੀ ਗੱਲ ਦੱਸੋ, ਜਿਹੜੇ ਇਹ ਬੁੜੇ ਉੱਥੇ ਬੈਠੇ ਨੇ ਕੁਰਸੀਆਂ 'ਤੇ, ਤੁਹਾਡਾ ਪੰਜਾਬ ਦਾ ਇਹਨਾਂ ਨੇ ਕੀ ਕਰਿਆ? ਕਿਉਂਕਿ ਤੁਹਾਡੇ ਕੋਲੇ ਪਾਵਰ ਆ, ਜਿੱਦਣ ਤੁਸੀਂ ਇਹ ਬੀੜਾ ਚੁੱਕ ਲਿਆ ਤਾਂ ਤੁਸੀਂ ਪੰਜਾਬ ਨੂੰ, ਤੁਸੀਂ ਨੌਜਵਾਨ ਪੰਜਾਬ ਨੂੰ ਕਾਮਯਾਬ ਕਰ ਸਕਦੇ ਹੋ। ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ, ਜਿੱਥੇ ਮਰਜ਼ੀ ਜ਼ੋਰ ਲਾ ਲਓ, ਜਿਹੜੇ ਇਹ ਵੱਡੇ ਵੱਡੇ ਝੂਠੇ ਬਾਣੇ ਪਾ ਕੇ ਇਹ ਬੁੜੇ ਤੁਰੇ ਫਿਰਦੇ ਨੇਗੇ, ਉੱਥੇ ਅਸੀਂ ਰਾਜਨੀਤਾ ਲੀਡਰ ਬਣੇ ਫਿਰਦੇ ਨੇਗੇ। ਇਹ ਪੱਗਾਂ ਉਦੋਂ ਚਮਕਾਉਂਦੇ ਨੇ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇਗੀਆਂ, ਉਦੋਂ ਇਹ ਲੀਲੀਆਂ ਪੱਗਾਂ ਵਾਲਾ ਨੇ, ਉਦੋਂ ਇਹਨਾਂ ਕੋਲੇ ਪੰਥ ਦੀ ਗੱਲ ਚੱਲ ਪੈਂਦੀ, ਪੰਥ ਦੀਆਂ ਗੱਲਾਂ ਕਰਨ ਲੱਗ ਜਾਂਦੇ, ਉਦੋਂ ਇਹ ਵੱਡੀਆਂ ਵੱਡੀਆਂ ਗੱਲਾਂ ਕਰਨਗੇ, ਉਦੋਂ ਇਹਨਾਂ ਨੇ ਧਰਮਾਂ ਦੇ ਪਿੱਛੇ ਆਪਣੇ ਪੰਜਾਬ ਦੇ ਲੋਕਾਂ ਨੂੰ ਲੜਾਉਣਾ ਜਦੋਂ ਵੋਟਾਂ ਹੁੰਦੀਆਂ ਨੇਗੀਆਂ। ਉਦੋਂ ਇਹਨਾਂ ਨੇ ਬਹੁਤ ਟੈਕਨੀਕਲ ਚੀਜ਼ਾਂ ਬਣਾਉਣੀਆਂ ਨੇ, ਕਿਉਂਕਿ ਇਹਨਾਂ ਦੇ ਦਿਮਾਗ ਦੇ ਵਿੱਚ ਹਮੇਸ਼ਾ ਗੰਦ ਭਰਿਆ ਹੋਇਆ। ਜਿਹੜੇ ਪੰਜਾਬ ਦੇ ਲੀਡਰ ਨੇ, ਇਹਨਾਂ ਦੇ ਦਿਮਾਗ ਦੇ ਵਿੱਚ ਗੰਦ ਇੰਨਾ ਕੁ ਜ਼ਿਆਦਾ ਭਰਿਆ ਹੋਇਆ, ਇੱਕੋ ਹੀ ਗੱਲ ਨੂੰ ਲੈ ਕੇ, ਆਪਦੀ ਕੁਰਸੀ ਨੂੰ ਲੈ ਕੇ। ਇਹ ਕੁਰਸੀ ਦੇ ਖਾਤਰ ਐਡੇ ਕੁ ਪੰਜਾਬ ਦੇ ਲੀਡਰ ਬੇਈਮਾਨ ਨੇ ਕਿ ਆਪਦੇ ਧੀਆਂ ਪੁੱਤ ਮਰਵਾ ਦਿੰਦੇ ਨੇ। ਧੀਆਂ ਪੁੱਤ, ਤੁਸੀਂ ਇਹ ਗੱਲ ਕਹੋਗੇ ਵੀ ਇਹ ਗੱਲ ਮੈਂ ਬਹੁਤ ਵਾਰੀ ਬੋਲਤੀ, ਮੈਂ ਨਾਂ ਲੈ ਕੇ ਨਹੀਂ ਦੱਸਣਾ ਚਾਹੁੰਦਾ, ਬਹੁਤ ਸਾਰੇ ਲੀਡਰਾਂ ਨੇ ਕੁਰਸੀ ਦੇ ਖਾਤਰ ਆਪਦੇ ਧੀਆਂ ਪੁੱਤ ਮਰਵਾਏ ਨੇਗੇ। ਜੇ ਤੁਹਾਨੂੰ ਨੌਜਵਾਨਾਂ ਨੂੰ ਇਹ ਗੱਲ ਦਾ ਨਹੀਂ ਪਤਾ, ਤੁਸੀਂ ਸਿਆਣੇ ਬੰਦਿਆਂ ਤੋਂ ਪੁੱਛ ਲਓ ਵੀ ਕਿਹੜੇ ਕਿਹੜੇ ਲੀਡਰਾਂ ਨੇ ਆਪਦੇ ਧੀਆਂ ਪੁੱਤ ਕੁਰਸੀ ਦੇ ਖਾਤਰ ਮਰਵਾਏ ਨੇਗੇ। ਇਸ ਕਰਕੇ ਮੇਰੀ ਨੌਜਵਾਨਾਂ ਨੂੰ ਇਹ ਸੰਬੋਧਨ ਸਾਰੀਆਂ ਗੱਲਾਂ ਸੀਗੀਆਂ। ਮੈਂ ਬੇਨਤੀ ਇਹੀ ਕਰਦਾ, ਜੇਕਰ ਤੁਸੀਂ ਕੈਨੇਡਾ ਅਮਰੀਕਾ ਦਾ 70-70, 75-75 ਰੁਪਈਏ ਡਾਲਰ ਤੁਸੀਂ ਇੰਨਾ ਕੁ ਜ਼ਿਆਦਾ ਕੈਨੇਡਾ ਅਮਰੀਕਾ ਨੂੰ ਕਾਮਯਾਬ ਕਰ ਸਕਦੇ ਹੋ, ਤਾਂ ਤੁਸੀਂ ਆਪਣੇ ਪੰਜਾਬ ਨੂੰ ਤਾਂ ਬਹੁਤ ਜ਼ਿਆਦਾ ਕਾਮਯਾਬ ਕਰ ਸਕਦੇ ਹੋ। ਕਿਉਂਕਿ ਪੰਜਾਬ, ਤੁਸੀਂ ਜਿੱਥੇ ਤੁਸੀਂ ਕਿਸਾਨਾਂ ਦੇ ਮਜ਼ਦੂਰਾਂ ਦੇ ਪੁੱਤ ਪੰਜਾਬ ਦੇ ਵਿੱਚੋਂ ਬਾਹਰ ਗਏ ਹੋ, ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦਾ, ਤੁਸੀਂ ਇੱਥੋਂ ਪੰਜਾਬ ਨੂੰ ਛੱਡ ਕੇ ਗਏ ਹੋ। ਤੁਸੀਂ ਇੱਥੇ ਦੇ ਆਹ ਮਿੱਟੀ ਦੇਖ ਲਓ, ਕੈਨੇਡਾ ਅਮਰੀਕਾ ਦੀ ਮਿੱਟੀ ਦੇਖ ਲਿਓ, ਉੱਥੇ ਪੱਥਰ ਪੈ ਰਹੇ, ਉੱਥੇ ਬਰਫ਼ ਹੁਣ ਪੈਣੀ ਸਟਾਰਟ ਹੋ ਗਈ ਕੈਨੇਡਾ ਅਮਰੀਕਾ ਦੇ ਵਿੱਚ। ਹੁਣ 6-7 ਮਹੀਨੇ 8 ਮਹੀਨੇ ਉੱਥੇ ਬਰਫ਼ ਹੀ ਪਈ ਜਾਣੀ ਆ, ਬਰਫ਼ ਹੀ ਪਈ ਜਾਣੀ ਆ। ਇੱਥੇ ਪੰਜਾਬ ਦੇ ਵਿੱਚ ਠੰਡ ਪਊਗੀ, ਕਣਕਾਂ ਸਾਰੀਆਂ ਫਸਲਾਂ ਤੁਸੀਂ ਦੇਖ ਲਿਓ ਪੰਜਾਬ ਦੇ ਵਿੱਚ। ਹੁਣ ਆਹ ਨਰਮਾ ਨਿਗਾਹ ਮਾਰੋ, ਸਾਡੇ ਇੱਥੇ ਨਰਮਾ ਖੜਾ, ਮੈਂ ਕਹਿਣਾ 8-8, 9-9 ਫੁੱਟ ਨਰਮਾ ਹੋਊ, 8-8, 9-9 ਫੁੱਟ ਲੰਮਾ ਨਰਮਾ ਹੋਊ। ਝੋਨਾ ਇੱਥੇ ਤਾਂ ਜ਼ਿਕਰ ਝੋਨਾ ਹੁੰਦਾ 5-5 ਫੁੱਟ ਝੋਨਾ ਹੁੰਦਾ, ਕਣਕ ਦੇਖ ਲਿਓ। ਇਸ ਕਰਕੇ ਜਿਹੜੀ ਵੀ ਤੁਸੀਂ ਫਸਲਾਂ ਕਹੋ ਪੰਜਾਬ ਦੇ ਵਿੱਚ ਹੋ ਸਕਦੀਆਂ ਨੇਗੀਆਂ। ਪੰਜਾਬ ਨੂੰ ਕਿਹੜੀ ਚੀਜ਼ ਦੀ ਲੋੜ ਆ? ਮੈਂ ਹੁਣ ਜਿਹੜੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਇੱਕ ਗੱਲ ਮੈਂ ਹੋਰ ਵੀ ਇੱਥੇ ਬੋਲਦਾ, ਪੰਜਾਬ ਨੂੰ ਲੋੜ ਆ, ਅੱਜ ਜਿੰਨੇ ਵੀ ਸਾਡੇ ਪੰਜਾਬ ਦੇ ਨੌਜਵਾਨ ਕਿਸਾਨਾਂ ਦੇ ਪੁੱਤ ਕੈਨੇਡਾ ਅਮਰੀਕਾ ਬਾਹਰਲੀਆਂ ਕੰਟਰੀਆਂ ਦੇ ਵਿੱਚ ਬੈਠੇ ਨੇ, ਜਿਨ੍ਹਾਂ ਕੋਲ 2 ਕਿੱਲੇ, 5 ਕਿੱਲੇ, 7 ਕਿੱਲੇ, 10 ਕਿੱਲੇ ਜ਼ਮੀਨ ਹੈ, 10 ਕਿੱਲੇ ਤੋਂ ਵੱਧ ਵਾਲੀ ਵੀ ਜ਼ਮੀਨ ਹੈ, ਮੈਂ ਤੁਹਾਨੂੰ ਇੱਕੋ ਹੀ ਗੱਲ ਪੰਜਾਬ ਦੇ ਨੌਜਵਾਨਾਂ ਨੂੰ ਪੁੱਛਣਾ ਚਾਹੁੰਦਾ, ਤੁਸੀਂ ਕਿਉਂ ਬਾਹਰ ਗਏ ਹੋ? ਤੁਸੀਂ ਇਸ ਕਰਕੇ ਬਾਹਰ ਗਏ ਹੋ ਕਿਉਂਕਿ ਪੰਜਾਬ ਦੇ ਵਿੱਚ ਚੱਲਾ ਚੰਗਾ ਚੱਲੀ ਜਾਂਦਾ ਲਾਈਵ। ਹੈ, ਮੈਨੂੰ ਮਾੜਾ ਦਿਖਾ ਦੇ, ਵਧੀਆ ਲਾਈਵ ਚੱਲੀ ਜਾਂਦਾ। ਤੁਸੀਂ ਬਾਹਰ ਇਸ ਕਰਕੇ ਗਏ ਹੋ ਕਿ ਪੰਜਾਬ ਦਾ ਕਾਨੂੰਨ ਨਹੀਂ ਵਧੀਆ, ਅਤੇ ਪੰਜਾਬ ਦੇ ਵਿੱਚ ਜਿਹੜੀ ਅਸੀਂ ਕਿਸਾਨਾਂ ਦੇ ਪੁੱਤ ਖੇਤੀ ਕਰਦੇ ਹਾਂ, ਜਿੰਨੀ ਅਸੀਂ ਮਿਹਨਤਾਂ ਕਰਦੇ ਹਾਂ, ਸਾਨੂੰ ਉਹ ਮਿਹਨਤਾਂ ਦਾ ਮੁੱਲ ਮਿਲਦਾ ਨੀਗਾ, ਕਿਉਂਕਿ ਭੌਂਕਣ ਵਾਲਾ ਤਾਂ ਕਈ ਭੌਂਕ ਦਿੰਦੇ ਨੇਗੇ ਜੀ, ਪੰਜਾਬ ਦੇ ਨੌਜਵਾਨ ਕੈਨੇਡਾ ਅਮਰੀਕਾ ਵਗ ਗਏ ਜੀ। ਉਹਨਾਂ ਨੇ ਤਾਂ ਬੋਲਣਾ ਹੀ ਹੁੰਦਾ, ਕਿਉਂਕਿ ਨੌਜਵਾਨਾਂ ਦੇ ਤੂੰ ਤਾਂ ਹੀ ਲਾਉਣੇ ਹੁੰਦੇ ਨੇ ਵੀ ਇੱਥੇ ਰਹਿ ਕੇ ਕੁਛ ਕਰਕੇ ਦਿਖਾਓ। ਉਹਨਾਂ ਨੇ ਇਹ ਗੱਲਾਂ ਬਹੁਤ ਹੁੰਦੇ ਨੇ ਕਰਨ ਦੀਆਂ, ਪਰ ਕਰ ਕਰਕੇ ਅਸੀਂ ਵੀ, ਮੈਂ ਵੀ ਉਹ ਬੇਰੁਜ਼ਗਾਰ ਨੌਜਵਾਨਾਂ ਦੇ ਵਿੱਚੋਂ, ਗੱਲਾਂ ਕਰਨੀਆਂ ਅਤੇ ਕਰਨੀਆਂ ਬਹੁਤ ਔਖੇ ਨੇ, ਕਿਉਂਕਿ ਉਹ ਇਸ ਸਾਰੇ ਸਿਸਟਮ ਤੋਂ ਅੱਕੇ ਹੋਏ ਬਾਹਰ ਗਏ ਨੇਗੇ, ਰੁਜ਼ਗਾਰ ਤੋਂ, ਮੰਨ ਕੇ ਚੱਲ ਰੁਜ਼ਗਾਰ ਦੇ ਬਾਰੇ ਘੱਟ ਬਾਹਰ ਗਏ ਨੇਗੇ। ਸਭ ਤੋਂ ਵੱਡਾ ਬਾਹਰ ਜਾਣ ਦਾ ਇੱਕੋ ਕਾਰਨ ਆ ਕਿ ਪੰਜਾਬ ਦਾ ਕਾਨੂੰਨ, ਪੰਜਾਬ ਦਾ ਇੱਥੇ ਪਤਾ ਨਹੀਂ ਕਿਹੜੇ ਵੇਲੇ ਕਿਸੇ ਤੋਂ ਫੜ ਕੇ ਪਰਚਾ ਪਾ ਦੇ, ਨਾ ਕਿਸੇ ਨੂੰ ਪੁੱਛਣਾ, ਨਾ ਕਿਸੇ ਨੂੰ ਗਿਣਨਾ, ਨਾ ਕਿਸੇ ਨੂੰ ਕਾਨੂੰਨ ਦਾ ਪਤਾ। ਇਸ ਕਾਨੂੰਨ ਤੋਂ ਅੱਕੇ ਹੋਏ ਬਾਹਰ ਗਏ ਨੇਗੇ, ਕਿਉਂਕਿ ਲੀਡਰ ਨੇ, ਇੱਕ MLA ਨੇ ਸੜੇ ਜੇ ਨੇ ਫੋਨ ਮਾਰਤਾ ਐਸ ਐਚ ਓ ਨੂੰ, ਆਹ ਫੜ ਕੇ ਤੇ ਪਰਚਾ ਪਾ ਦੀ ਓਏ, ਕਿਉਂਕਿ ਲਾਉਂਦੀ ਯਾਰ ਜੁਰਤਾ ਉਹਨਾਂ ਕੋਲ ਪਾਵਰ ਹੈ। ਐਸ ਐਚ ਓ ਨੂੰ ਵਿਚਾਰੇ ਨੂੰ ਗੱਲ ਮੰਨਣੀ ਪੈਣੀ ਆ, ਜੇਕਰ ਐਸ ਐਚ ਓ ਗੱਲ ਨਹੀਂ ਮੰਨੂਗਾ ਤਾਂ ਲੀਡਰ ਚੱਕ ਨੂੰ ਸਸਪੈਂਡ ਕਰ ਦੂ, ਜਾਂ ਉਹ ਉੱਧਰ ਜਾ ਕੇ ਬਾਰਡਰ 'ਤੇ ਮਾਰੂਗਾ। ਕਾਨੂੰਨ ਤੋਂ ਅੱਕੇ ਹੋਏ ਬਾਹਰ ਗਏ ਨੇਗੇ, ਕਿਉਂਕਿ ਪੰਜਾਬ ਦੇ ਕਿਸਾਨ ਜਿਹੜੇ ਨੌਜਵਾਨ ਨੇ, ਉਹਨਾਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ, ਜੇਕਰ ਤੁਸੀਂ 2022 ਦੇ ਵਿੱਚ ਪੰਜਾਬ ਨੂੰ ਸੁਧਾਰ ਲਓ, ਤਾਂ ਜਿਹੜੀ ਪੰਜਾਬ ਦੀ ਖੇਤੀ ਹੈ, ਨੰਬਰ 1 ਤਾਂ ਜਿਹੜੀ ਪੰਜਾਬ ਦੇ ਵਿੱਚ ਫੈਕਟਰੀਆਂ ਇੰਡਸਟਰੀਆਂ ਦੀ ਲੋੜ ਕਿਸੇ ਦੀ ਨਹੀਂ ਹੈਗੀ। ਹੁਣ ਮੈਂ ਤੁਹਾਨੂੰ ਹੱਲ ਦੱਸਣ ਲਈ ਜਾ ਰਿਹਾ, ਕਿਉਂਕਿ ਮੈਂ ਹੱਲ ਦੱਸਣ ਤੋਂ ਬਾਅਦ ਜਲਦੀ ਹੀ ਤੁਹਾਨੂੰ ਗੱਲਬਾਤ ਸਮਾਪਤ ਕਰੂੰਗਾ, ਇਸ ਤੋਂ ਬਾਅਦ ਮੈਂ ਕਮੈਂਟ ਪੜ੍ਹ ਕੇ ਸਾਰਿਆਂ ਦੇ ਲਾਈਵ ਕੱਟੂੰਗਾ। ਮੈਂ ਹੁਣ ਹੱਲ ਦੱਸਣ ਲਈ ਜਾ ਰਿਹਾ, ਹੱਲ ਕੀ ਨੇਗੇ? ਹੱਲ ਇਹ ਨੇ ਕਿ ਪੰਜਾਬ ਦੀ, ਜੇਕਰ ਪੰਜਾਬ ਦੀ ਇਕੱਲੀ ਖੇਤੀ ਹੈ, ਜਿਹੜੀ ਖੇਤੀ, ਪੰਜਾਬ ਦੀ ਖੇਤੀ ਸੁਧਰ ਗਈ, ਪੰਜਾਬ ਦੁਨੀਆ 'ਤੇ ਰਾਜ ਕਰੂਗਾ। ਪੰਜਾਬ ਦੁਨੀਆ 'ਤੇ ਰਾਜ ਕਰੂਗਾ, ਕਿਵੇਂ ਰਾਜ ਕਰੂਗਾ? ਕਿਉਂਕਿ ਹੋਰਾਂ ਸੂਬਿਆਂ ਕੋਲ, ਹੋਰਾਂ ਦੇਸ਼ਾਂ ਕੋਲ ਪੰਜਾਬ ਜਿੰਨੀ ਜ਼ਮੀਨ ਉਪਜਾਊ ਹੈ ਨਹੀਂ ਹੈਗੀ, ਨਾ ਪੰਜਾਬ ਵਰਗਾ ਕਿਤੇ ਪਾਣੀ ਆ। ਪੰਜਾਬ ਦੇ ਵਿੱਚ ਕਿਹੜੀਆਂ ਫਸਲਾਂ ਦੀ ਲੋੜ ਹੈ? ਪੰਜਾਬ ਦੇ ਵਿੱਚ ਲੋੜ ਆ ਪੰਜਾਬ ਦੀ ਖੇਤੀ ਬਦਲਣ ਦੀ, ਪੰਜਾਬ ਦਾ ਢਾਂਚਾ ਬਦਲਣ ਦੀ। ਅੱਜ ਸਾਡਾ ਸਾਰਾ ਪੰਜਾਬ 90%, 90-95% ਪੰਜਾਬ ਦੇ ਵਿੱਚ ਤੁਹਾਨੂੰ ਕਣਕ ਦੇ ਝੋਨਾ ਦੇਖਣ ਨੂੰ ਮਿਲੂਗਾ, ਕਣਕ ਦੇ ਝੋਨਾ ਦੇਖਣ ਨੂੰ ਮਿਲਦਾ, ਕਣਕ ਦੇ ਝੋਨਾ ਤੁਹਾਨੂੰ ਜਿਹੜਾ ਦੇਖਣ ਨੂੰ ਮਿਲਦਾ, ਕਿਉਂਕਿ ਅਸੀਂ ਕਣਕ ਦੇ ਝੋਨਾ ਮਜਬੂਰੀ ਨੂੰ ਬੀਜ ਰਹੇ ਹਾਂ, ਕਿਉਂਕਿ ਕਈਆਂ ਲੋਕਾਂ ਦੇ, ਬਹੁਤ ਸਾਰੇ ਪੜ੍ਹੇ ਲਿਖੇ
क्योंकि ज्यादा जिहड़े पढ़े लिखे लोग ने बाबे नानक ने धन धन श्री गुरु नानक देव जी ने एक ही गल कही है भी जिहड़े पढ़े लिखे लोग ने गवार ने गे। बाबे नानक ने दस्सिया भी इह पढ़े लिखे लोगों ने इन्ना दिमाग नहीं हुंदा, ये तो एक गवार आपके घमंड तुरे फिरते हैं। मैं उन्होंने घमंड नहीं मैं करना चाहता, मैं लोगों को दसना चाहना जोड़े लोग इस गल का कहते हैं भी पंजाब के किसान खेती बदला नहीं करते। खेती बदला इस करके नहीं असं कर रहे थे, कणक के झोना असं इस करके बीज रहे थे पंजाब के, क्योंकि मंडीकरण सीगा। सानू उम्मीद होंगी कि जोड़ा साड़ी मान के चल 50,000 या 60,000 या 55,000 की साड़ी कणक झोना होगा, असी झोना बेच के असी आपके धियां पुत्तां ने ब्याह करने हैं, जां कई बार कोई बीमारी आ गई जिहड़े असीं कर्जे चक्की खड़े उहदे इलाज लई असीं पैसे वरतने आं। इस करके असीं जिहड़ा झोना पंजाब दे विच बीज रहे हां, कणक असीं क्यों बीज रहे हां पंजाब दे विच, कणक असीं इस करके हुण सारे पंजाब दे विच कणक ही कणक बीजणी आ, कणक असीं इस करके बीज रहे हां क्योंकि कणक दा मंडीकरण है। सानूं पता हुंदा कि साडी जिहड़ी कणक असीं वढ़न सार साडे पिंड वाली मंडी च विक जाणी आ, इस करके असीं पंजाब दे विच कणक दा झोना बीज रहे हां, क्योंकि हुण जिहड़ा साडा सेंटर गौरमेंट ने इस करके ही इन्हां दोनों फसलों करके सेंटर गौरमेंट ने किसानों के गल से आरा धरिया भी पंजाब की जी कणक के झोने की जोड़ा पक्का मंडीकरण उन्होंने खत्म करो, क्योंकि जेकर पंजाब नू गुलाम करना इन्हों दोनों फसलों खत्म करके पंजाब दे विच अपने बिजनेस व्यापारी बिठा के पंजाब दे लोगों गुलाम ऐटोमैटिक हो जाना। चलो इन्हों गलों बारे सू सब पता ही है। जेकर हूँ जी मैं खेती बदलाव की गल कर रहा अज साडे पंजाब दे विच तुसी देख लो भी झोना ही झोना। मैं एक ही गल सब तो पहला जी मैं मेन फसल की गलबात करता हूँ कि पंजाब दे विच खसखस की खेती होनी बहुत जरूरी है। साडे पंजाब दे लीडर ने किसी माँ के पुत ने लीडर ने इस मुद्दे पर गल नहीं करी, क्यों नहीं गल करी लीडर ने? हुण मैं यह भी गल आखदा लीडर खसखस की खेती से क्यों नहीं गल करते? क्योंकि लीडर दीआं अपणीआं शराब दीआं फैक्टरियां नेगीआं, उन्हां ने पंजाब दे विच जिहड़ा सब तो वड्डा मन के चल दरिया बठा पंजाब दे विच चल रहा शराब का दरिया चल रहा। मैनू दिखाओ पंजाब दे विच 5% जिहड़े नौजवान शराब तो बचे होणगे, नहीं नहीं 95% नौजवान अज पंजाब दे विच शराब पींदे नेगे। शराब पीण दे नाल 20 रुपए की जिहड़ी लीडर बोतल शराब की तैयार करदे नेगे, वह लीडर शराब की बोतल तैयार करके पंजाब दे विच बेचदे नेगे। उन्होंने 250 रुपए की 300 रुपए की शराब की बोतल बेची जाती है। अंग्रेजी बिस्कियां शराबां का बहुत ज़्यादा वो मुनाफा पैदा करते हैं। अज पंजाब दे लीडरां नूं सब तो वड्डी जिहड़ी आमदन हैगी आ। मैं इत्थे इक गल होर स्पष्ट गल कह देना चाहुंदा, क्योंकि लोग गल्लां बोलदे ने कि पंजाब सरकार नूं शराब तों आमदन आ, पंजाब सरकार नूं आमदन नहीं हैगी, पंजाब दे लीडरां नूं आमदन आ शराब तों, सब तो वध पंजाब दे लीडरां नूं आमदन है। वह लीडरां ने पंजाब दे विच शराब का दरिया बिठाता। जिहड़ी कि खसखस की खेती है, जिहड़ी मैं खसखस की खेती की गल करदा हुंदा, खसखस की खेती यह आ कि यह पंजाब दे किसान की मिट्टी चों पैदा होगी। मैं सरकार नूं इक्को ही सुझा दिता, जिहड़े पंजाब दे लीडर वड्डे अस्तैसी बणदे ने, वड्डे वड्डे पंजाब दे किसानां दी गल्लां करदे ने, किसी पंजाब दे हमदर्दियां, मैं उन्हां नूं इक्को ही गल कहना चाहुंदा कि पंजाब दे विच खसखस दी खेती पैदा कर दो, पंजाब दे विच खसखस दी खेती होण ला दो। सेंटर गौरमेंट मोदी गौरमेंट बेशक असीं बिल पास कराउण दी लड़ाई लड़ रहे हां, पर सानूं जे मोदी सरकार खारज कराउण दी खारज कराउण दी जिहड़ी आपां लड़ाई लड़ रहे हां, भी आप बिल खारज कराने जी लड़ाई लड़ रहे हैं, यह लड़ाई तो आप लड़ ही रहे, पर इस तो पहला ही जेकर हुण पंजाब दे विच खसखस बजाए दिती जाए, मैं मोदी का पंजाब दे विच सारे विच खसखस बीज दो, मोदी का 3 दिन बाद बयान आ जू भाई यार बहना मैं आपके जेडे वो कानून वापस लैता हूँ, जे ना लिया तो मैनू कह दो, क्योंकि अक जाना पंजाब सप्लाई करे, पंजाब गौरमेंट खसखस भुक्की फीम बाहरले स्टेटां नू सप्लाई करे, अक जू सेंटर गौरमेंट बेशक सेंटर गौरमेंट जिहड़ा साडे घर अपने साडा पैसा रोकी खड़ी है, जिहड़ा भी कुछ रोकी खड़ी है, सारा कुछ मनण लई तैयार होगी। ये गल्लां करके पंजाब दे विच सब तो महंगी खेती है खसखस की खेती। जिहड़ा तुसीं नशे दीआं गल्लां करदे हो, नशा नहीं है, नशा है शराब। हर एक पिंड दे विच 5 तों 10 मौतां शराब पीण दे नाल, 1 साल दे विच शराब पीण दे नाल होंदियां ने। भुक्की फीम खाण वाला बंदा मैनूं इक भी दिखा दो कित्थे भुक्की फीम खाण वाले बंदे दी मौत होई है। भुक्की फीम नशा नहीं हैगी, भुक्की फीम हैगी इक दवाई। देखो दवाइया दे विच अफीम जिहड़ी दवाइया दे विच जिहड़ी अफीम है असीं अफगानिस्तान तों मंगाउणे आ, दवाइया दे विच वरतों करन दे लई अफगानिस्तान दे विचों मंगाउणे आ। डाक्टर धर्मवीर गांधी एडा वड्डा डाक्टर है, सानूं पता कि स्पैशलिस्ट डाक्टर है, लखां लोकां दे इलाज कर सकिया, लखां लोकां दे इलाज कर चुक्या वह, सब तो वध जिहड़ा डाक्टर आ ना वह मैं कहना सब तो सस्ती दवाई वह डाक्टर दिंदा, सब तो घट पैसे वह डाक्टर लैंदा। ਜਦੋਂ ਉਹ ਡਾਕਟਰ ਖਸਖਸ ਦੀ ਖੇਤੀ ਦੀ ਮੰਗ ਕਰ ਰਿਹਾ, ਉਹ ਡਾਕਟਰ ਐਡਾ ਵੱਡਾ ਪੜ੍ਹਿਆ ਲਿਖਿਆ ਡਾਕਟਰ, ਉਹ ਪਾਗਲ ਹੀ ਹੈ ਜਿਹੜਾ ਉਹ ਇਹ ਗੱਲ ਨੂੰ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਲੀਗਲ ਕਰੋ। ਉਹ ਕਿਉਂ ਕਹਿ ਰਿਹਾ? ਕਿਉਂਕਿ ਉਹਨਾਂ ਨੂੰ ਸਾਰੀਆਂ ਚੀਜ਼ਾਂ ਬਾਰੇ ਪਤਾ ਹੈ।
ਉਹ ਤਾਂ ਕਰਕੇ ਕਹਿ ਰਿਹਾ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ। ਉਹ ਡਾਕਟਰ ਲੱਖਾਂ ਲੋਕਾਂ ਦੇ ਇਲਾਜ ਕਰਨ ਜਿਹੜੇ 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 ਮਰੀਜ਼ ਇੱਕ ਵਾਰੀ ਉਹ ਡਾਕਟਰ ਕੋਲੇ ਜਾ ਆਇਆ ਉਹ ਮਰੀਜ਼ ਉਹਦੇ ਕੋਲੇ ਪੱਕਾ ਹੀ ਉਹ ਤੋਂ ਦਵਾਈ ਲੈਂਦਾ ਉਹ ਮਰੀਜ਼ ਉਹ ਡਾਕਟਰ ਦੇ ਗੁਣ ਗਾਉਂਦਾ ਉਹ ਕਹਿੰਦਾ ਉਹ ਡਾਕਟਰ ਵਰਗਾ ਕੋਈ ਡਾਕਟਰ ਨਹੀਂ ਹੋ ਸਕਦਾ। ਉਹ ਡਾਕਟਰ ਧਰਮਵੀਰ ਗਾਂਧੀ ਵਰਗਾ ਸੁਭਾਅ ਨਿੱਘਾ ਸੁਭਾਅ ਕਿਸੇ ਦਾ ਸੁਭਾਅ ਨਹੀਂ ਹੋ ਸਕਦਾ। ਮੈਂ ਗਾਂਧੀ ਸਾਹਿਬ ਨੂੰ ਡਾਕਟਰ ਸਾਹਿਬ ਨੂੰ ਕੋਈ ਗੱਲ ਪੁੱਛੀ ਜੀ ਮੈਂ ਕਿਹਾ ਜੀ ਤੁਸੀਂ ਆਪਾਂ ਖਸਖਸ ਦੀ ਖੇਤੀ ਮੈਂ ਕਿਹਾ ਆਪਾਂ ਪੰਜਾਬ ਦੇ ਵਿੱਚ ਲੀਗਲ ਕਰਾਉਣੀ ਸੀਗੀ ਉਹ ਕਹਿੰਦਾ ਬੇਟਾ ਮੈਂ ਲੀਗਲ ਕਰਾਉਣੀ ਸੀਗੀ ਕਹਿੰਦਾ ਜਦੋਂ ਕਿ ਮੈਂ ਲੋਕਾਂ ਦੇ ਲਈ ਲੜਾਈ ਲੜਿਆ ਕਹਿੰਦਾ ਇੱਕ ਵਾਰੀ ਮੈਂ MP ਜਿੱਤ ਗਿਆ ਕਹਿੰਦਾ ਮੈਂ ਲੋਕ ਸਭਾ ਦੇ ਵਿੱਚ ਆਵਾਜ਼ ਉਠਾਈ ਕਹਿੰਦਾ ਇਸ ਤੋਂ ਬਾਅਦ ਮੈਂ ਜ਼ੋਰ ਸ਼ੋਰ ਨਾਲ ਆਵਾਜ਼ ਕਹਿੰਦਾ ਲੋਕ ਸਭਾ ਦੇ ਵਿੱਚ ਖਸਖਸ ਦੀ ਖੇਤੀ ਦੀ ਫਿਰ ਉਠਾਉਣੀ ਸੀ ਕਹਿੰਦਾ ਨਾ ਲੋਕਾਂ ਨੇ ਕੀ ਕਰਿਆ ਕਹਿੰਦਾ ਮਹਾਰਾਣੀ ਚੁਣਤੀ ਮਹਾਰਾਣੀ MP ਬਣਾ ਲਈ ਮਹਾਰਾਣੀ ਪ੍ਰਨੀਤ ਕੌਰ ਜੀ MP ਬਣਾ ਲਏ ਚਲੋ ਜੀ ਮਹਾਰਾਣੀ ਮਹਾਰਾਣੀ ਕਰੀ ਗਏ ਉਹਨੇ ਕਿਤੇ ਜਿਹੜੇ ਬਿੱਲ ਪਾਸ ਹੋਏ ਨੇਗੇ ਕਿਤੇ ਤਾਂ ਉਹ ਆ ਬਿੱਲਾਂ ਦੇ ਵਿੱਚ ਬੋਲਣ ਨਹੀਂ ਗਈ ਕਿਤੇ ਮੰਨ ਕੇ ਚੱਲ ਉਹਨਾਂ ਨੇ ਕਿਤੇ ਕਿਸਾਨਾਂ ਦਾ ਵਿਦਰੋਹ ਨਹੀਂ ਕਰਿਆ ਕਿਤੇ ਕਿਸਾਨਾਂ ਦੀ ਆਵਾਜ਼ ਨਹੀਂ ਉਠਾਈ। ਮੈਂ ਤੁਹਾਨੂੰ ਅੱਜ ਗੱਲ ਸਪਸ਼ਟ ਗੱਲ ਵਿੱਚ ਆਪਦੇ ਜ਼ਰੀਏ ਕਹਿ ਦੇਣਾ ਚਾਹੁੰਦਾ ਹਰਸਿਮਰਤ ਕੌਰ ਦਾ ਬਹੁਤ ਆਪਾਂ ਪਿੱਠ ਸਿਆਪਾ ਕਰਿਆ ਪਰ ਉਹਨਾਂ ਪਿੱਠ ਸਿਆਪਾ ਹੁਣ ਸਾਨੂੰ ਮਹਾਰਾਣੀ ਪ੍ਰਨੀਤ ਕੌਰ ਦਾ ਵੀ ਕਰਨਾ ਬਣਦਾ। ਕਿਉਂ ਬਣਦਾ? ਕਿਉਂਕਿ ਕਿਉਂਕਿ ਇੱਕ ਵਾਰੀ ਉਹ ਲੋਕ ਸਭਾ ਦੇ ਵਿੱਚ ਕਿਸਾਨਾਂ ਦੇ ਬਿੱਲ 'ਤੇ ਬੋਲਣ ਨਹੀਂ ਗਈ ਇਹ ਘਰੀ ਬੈਠੀ ਰਹੀ ਆ। ਪਟਿਆਲੇ ਦੇ ਲੋਕ ਐਡੇ ਕੁ ਕਾਮਲੇ ਲੋਕ ਨੇ ਮੈਂ ਤੁਹਾਨੂੰ ਇੱਕ ਵੀ ਗੱਲ ਦੱਸਣਾ ਚਾਹੁੰਦਾ ਕਿਉਂਕਿ ਜਦੋਂ ਕਿਸੇ ਮਹਾਰਾਣੀ ਉਹ ਪ੍ਰਨੀਤ ਕੌਰ ਕਿਸੇ ਫੰਕਸ਼ਨ 'ਤੇ ਜਾਂਦੀ ਹੈ ਚੱਕ ਕੇ ਉਹਦੇ ਜੁੱਤੀਆਂ ਲੁਕੋ ਦਿੰਦੇ ਨੇਗੇ ਕਿਉਂਕਿ ਕਹਿੰਦੇ ਨੇ ਮਹਾਰਾਣੀ ਸਾਹਿਬ ਆ ਗਈ ਦੇ ਮੂਹਰੇ ਧਰਾਂਗੇ ਐਡੇ ਲੋਕ ਉੱਥੇ ਦੇ ਪਟਿਆਲੇ ਦੇ ਤੁਸੀਂ ਪੜ੍ਹੇ ਲਿਖੇ ਲੋਕ ਕਹਿੰਦੇ ਹੋ ਮੈਂ ਕਿਹੜਾ ਪਟਿਆਲੇ ਦੇ ਵਿੱਚ ਮੈਂ ਰਹਿਣਾ ਰਿਹਾ ਪਟਿਆਲੇ ਜਿੰਨੇ ਪਾਗਲ ਲੋਕ ਕਿਤੇ ਵੀ ਨਹੀਂ ਹੈਗੇ ਉਹ ਰਾਣੀ ਦੇ ਪ੍ਰਨੀਤ ਕੌਰ ਦੇ ਚੱਕ ਐਂ ਜੋੜੇ ਲੁਕੋ ਦੇਣਗੇ ਜੇ ਕਿਸੇ ਮੰਨ ਕੇ ਚੱਲ ਮੰਦਿਰ ਜਾਂ ਗੁਰੂ ਘਰ ਦੇ ਵਿੱਚ ਸੇਵਾ ਕਰਨ ਲੱਗ ਗਈ। ਮੈਂ ਕਿਸੇ ਲੀਡਰ ਨੂੰ ਪੁੱਛਿਆ ਮੈਂ ਕਿਹਾ ਜੀ ਇਹ ਜੋੜੇ ਉਹਦੇ ਕਿਉਂ ਲੁਕੋਤੇ ਚੱਕ ਕੇ ਤੁਸੀਂ ਮੈਂ ਉਹ ਮੁੱਦੇ 'ਤੇ ਵੀ ਆਉਣਾ ਜਦੋਂ ਆ ਕੇ ਮੂਹਰੇ ਧਰਤੀ ਜੋੜੇ ਉਹਦੇ ਤਾਂ ਲੁਕੋਏ ਵੀ ਇਹਦੇ ਜੋੜੇ ਮੈਂ ਲੜਨ ਲੱਗ ਜਾਂਦੇ ਜੋੜੇ ਮੂਹਰੇ ਧਰਨ ਦੇ ਮਾਰੇ ਵੀ ਮੈਂ ਉਹਦੀ ਮੰਨ ਕੇ ਚੱਲ ਉਹਦੇ ਮੈਂ ਵੱਧ ਪੂਛ ਮਾਰਾਂ ਮੈਂ ਉਹਦਾ ਝਾੜੂ ਪੋਚਾ ਕਰਾਂ ਇਹੋ ਜਿਹੇ ਲੀਡਰ ਨੇ ਪਟਿਆਲੇ ਦੇ ਵਿੱਚ ਹਾਸੀ ਵਾਲੀ ਗੱਲ ਹੈ ਚੱਕ ਕੇ ਉਹਦੇ ਜੁੱਤੀ ਲੁਕਾਉਂਦੇ ਨੇ ਜਦੋਂ ਮਹਾਰਾਣੀ ਆਉਂਦੀ ਉਹਦੇ ਮੂਹਰੇ ਜੁੱਤੀ 'ਚ ਲੁਕਾਉਣ ਪਿੱਛੇ ਲੜ ਪੈਂਦੇ ਨੇਗੇ ਇਹੋ ਜਿਹੇ ਲੋਕ ਨੇ ਪੜ੍ਹੇ ਲਿਖੇ ਲੋਕ ਜਿਹੜੇ ਤੁਸੀਂ ਪਟਿਆਲੇ ਦੇ ਪੜ੍ਹੇ ਲਿਖੇ ਲੋਕ ਨੇ ਜੁੱਤੀ ਚੱਕ ਕੇ ਲੁਕੋਤੀ ਮਹਾਰਾਣੀ ਜਦੋਂ ਆਉਂਦਾ ਉਹਦੇ ਮੂਹਰੇ ਧਰ ਦਿੰਦੇ ਨੇ ਇਹੋ ਜਿਹੇ ਲੋਕ ਨੇ। ਚਲੋ ਮੈਂ ਮੁੱਦੇ 'ਤੇ ਆਵਾਂ ਜਿਹੜੇ ਹੁਣ ਮੈਂ ਮੁੱਦੇ 'ਤੇ ਗੱਲਬਾਤ ਕਰ ਰਿਹਾ ਸੀਗਾ ਮੈਂ ਗੱਲ ਹੋਰ ਪਾਸੇ ਲੈ ਗਿਆ ਸੀਗਾ ਕਿਉਂਕਿ ਇਹ ਵੀ ਤੁਹਾਨੂੰ ਗੱਲਾਂ ਦੱਸਣੀਆਂ ਬਹੁਤ ਜ਼ਰੂਰੀ ਨੇਗੀਆਂ ਜਿਹੜੀ ਕਿ ਹੁਣ ਮੈਂ ਖੇਤੀ ਦੀ ਗੱਲਬਾਤ ਕਰ ਰਿਹਾ ਸੀ ਖੇਤੀ ਦੀ ਗੱਲਬਾਤ ਇਹੀ ਹੈ ਕਿ ਜਿਹੜੀ ਖਸਖਸ ਦੀ ਖੇਤੀ ਦੀ ਗੱਲ ਨੰਬਰ ਦੂਜੀ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਫਸਲਾਂ ਅਜਾਈਆਂ ਨੇਗੀਆਂ ਜਿਵੇਂ ਕਿ ਸਬਜ਼ੀਆਂ ਦੀ ਗੱਲ ਕਰ ਲਓ ਫਲਾਂ ਦੀ ਗੱਲ ਕਰ ਲਓ ਜੇਕਰ ਸਾਡੇ ਕਿਸਾਨ ਫਲਾਂ ਅਤੇ ਸਬਜ਼ੀ ਦੀ ਖੇਤੀ ਕਰਦੇ ਨੇਗੇ ਅਸੀਂ ਫਲਾਂ ਅਤੇ ਸਬਜ਼ੀਆਂ ਦੀ ਖੇਤੀ ਕਰ ਸਕਦੇ ਹਾਂ ਸਾਡੇ ਕੋਲ ਉਹਦੇ ਲਈ ਸਾਨੂੰ ਸਭ ਤੋਂ ਵੱਡੀ ਜ਼ਰੂਰਤ ਹੈ ਕੋਲਡ ਸਟੋਰਾਂ ਦੀ। ਪੰਜਾਬ ਸਰਕਾਰ ਕੋਈ ਵੀ ਸਰਕਾਰ ਡਰਾਮੇ ਕਰਦੀ ਹੈ ਕਿ ਪੰਜਾਬ ਦੇ ਕਰਜ਼ੇ ਮਾਫ਼ ਕਰ ਦਾਂਗੇ ਮੈਂ ਕਹਿੰਦਾ ਕਰਜ਼ੇ ਮਾਫ਼ ਕਰਨ ਦੀ ਨਹੀਂ ਲੋੜ ਹੈਗੀ ਪੰਜਾਬ ਦੇ ਵਿੱਚ ਆਧੁਨਿਕ ਟੈਕਨੀਕਲ ਤਰੀਕੇ ਲੈ ਕੇ ਆਓ ਪੰਜਾਬ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ 2 ਤੋਂ 3 ਪਿੰਡਾਂ ਦਾ ਕੋਲਡ ਸਟੋਰ ਬਣੇ ਸਭ ਤੋਂ ਵੱਡਾ ਕੋਲਡ ਸਟੋਰ ਜਿਹੜੇ ਕਿ ਅਸੀਂ ਹੋਰ ਫਲਾਂ ਅਤੇ ਸਬਜ਼ੀਆਂ ਪੈਦਾ ਕਰ ਸਕਦੇ ਹਾਂ ਇਹਦੇ ਵਿੱਚ ਸਭ ਤੋਂ ਵੱਡੀ ਮੈਂ ਤੁਹਾਨੂੰ ਉਦਾਹਰਣ ਦੇ ਦੇਣਾ ਆਲੂ ਦੀ ਖੇਤੀ ਦੀ ਜਦੋਂ ਕਿ ਅਸੀਂ ਆਲੂ ਬੀਜਦੇ ਹਾਂ ਅਸੀਂ ਆਲੂ ਕਿਉਂਕਿ ਆਪ ਖੇਤੀ ਕਰੀ ਹੋਈ ਹੈ ਤੁਹਾਨੂੰ ਪਤਾ ਮੈਂ ਕਈ ਥਾਵਾਂ 'ਤੇ ਆਲੂ ਦੀ ਉਦਾਹਰਣ ਦਿੰਦਾ ਹੁੰਦਾ ਜਦੋਂ ਕਿ ਅਸੀਂ ਆਲੂ ਬੀਜਦੇ ਆਲੂ ਪੱਟਦੇ ਹਾਂ ਤਾਂ ਸਾਡਾ ਆਲੂ 3 ਤੋਂ 5 ਰੁਪਏ ਪ੍ਰਤੀ ਕਿਲੋ ਖਰੀਦਿਆ ਜਾਂਦਾ ਅੱਜ ਆਲੂ ਦਾ ਮਾਰਕੀਟ ਦੇ ਵਿੱਚ ਰੇਟ ਕੀ ਆ ਮੈਂ ਕਹਿੰਦਾ 50 ਰੁਪਏ ਹੋਊਗਾ 50 ਰੁਪਏ ਆਲੂ ਦਾ ਰੇਟ ਹੋਊਗਾ ਅਸੀਂ ਅੱਜ ਗੰਢੇ ਦਾ ਕੀ ਰੇਟ ਆ ਗੰਢੇ ਦਾ ਰੇਟ ਹੋਊਗਾ 60 ਰੁਪਏ ਗੰਢੇ ਦਾ ਰੇਟ ਹੋਊਗਾ 50-60 ਰੁਪਏ ਗੰਢੇ ਦਾ ਰੇਟ ਹੋਣਾ ਪਿਆਜ਼ ਦਾ ਰੇਟ ਜਦੋਂ ਅਸੀਂ ਕੋਈ ਫਸਲ ਨੂੰ ਪੱਟਦੇ ਹਾਂ ਬੀਜ ਮੰਨ ਕੇ ਚੱਲ ਉਹਨੂੰ ਪੱਟਦੇ ਹਾਂ ਗੰਢੇ ਨੂੰ ਪੱਟਦੇ ਜਾਂ ਆਲੂ ਨੂੰ ਪੱਟਦੇ ਹਾਂ ਉਦੋਂ ਸਾਡਾ ਰੇਟ ਇਹ ਹੁੰਦਾ ਇਸ ਤੋਂ ਬਾਅਦ ਜਿਹੜਾ ਰੇਟ ਉਹ ਅਸਮਾਨੀ ਛੂਹ ਜਾਂਦਾ ਉਹ ਅਸਮਾਨੀ ਕਿਹਦੇ ਕਰਕੇ ਛੂੰਦਾ ਇਹ ਮੰਨ ਕੇ ਚੱਲ ਜਿਹੜੇ ਵਪਾਰੀ ਦੱਲੇ ਵਪਾਰੀ ਨੇਗੇ ਇਹਨਾਂ ਕਰਕੇ ਉਹ ਰੇਟ ਉੱਚੇ ਲੈਵਲ 'ਤੇ ਵਗ ਜਾਂਦਾ ਕਿਉਂਕਿ ਇਹ ਆਪਣੇ ਪ੍ਰਾਈਵੇਟ ਕੋਲਡ ਸਟੋਰਾਂ ਦੇ ਵਿੱਚ ਆਲੂ ਕਿਸੇ ਵੀ ਤਰ੍ਹਾਂ ਦੇ ਅਸੀਂ ਫਲ ਸਬਜ਼ੀ ਕਿਸੇ ਵੀ ਤਰ੍ਹਾਂ ਦੀ ਪੈਦਾ ਕਰਦੇ ਹਾਂ ਉਹ ਅਸੀਂ ਆਪਦੇ ਕੋਲਡ ਸਟੋਰਾਂ ਦੇ ਵਿੱਚ ਰੱਖ ਕੇ ਇਹ ਉੱਥੇ ਮਹਿੰਗੇ ਰੇਟ 'ਤੇ ਵੇਚਦੇ ਨੇਗੇ ਉਹੀ ਰੇਟ ਜਿਹੜਾ 30 ਤੋਂ 50 ਰੁਪਏ ਦਾ ਰੇਟ ਸਾਡੇ ਕਿਸਾਨ ਨੂੰ ਮਿਲਣਾ ਚਾਹੀਦਾ 50 ਰੁਪਏ ਸਾਡਾ ਆਲੂ ਵਿਕਦਾ ਹੋਵੇ ਕਿਹੜੀ ਵੀ ਸਬਜ਼ੀ ਤੁਹਾਨੂੰ ਕਹੋਗੇ ਅਸੀਂ ਉਹੀ ਤੁਹਾਨੂੰ ਸਬਜ਼ੀ ਪੈਦਾ ਕਰਕੇ ਸਕਦੇ ਹਾਂ ਕਿਹੜਾ ਵੀ ਤੁਸੀਂ ਫਲ ਕਹੋਗੇ ਉਹੀ ਅਸੀਂ ਫਲ ਪੈਦਾ ਕਰਕੇ ਦੇ ਸਕਦੇ ਹਾਂ ਕਿਉਂਕਿ ਸਾਨੂੰ ਲੋੜ ਕਿਹੜੀ ਚੀਜ਼ਾਂ ਦੀ ਲੋੜ ਸਾਨੂੰ ਇਹ ਚੀਜ਼ਾਂ ਦੀ ਹੈ ਕੋਲਡ ਸਟੋਰ ਹੋਏ ਜਿਵੇਂ ਕਿ ਫਲਾਂ 'ਤੇ ਖੇਤੀ ਦੀ ਹੋਰ ਸਬਜ਼ੀ ਕਰਨ ਦੇ ਲਈ ਸਾਨੂੰ ਉਹੋ ਜਿਹੇ ਜਿਹੜੀ ਟੈਕਨੀਕਲ ਜਿਹੜੇ ਤਰੀਕਿਆਂ ਦੀ ਲੋੜ ਹੈ ਮੰਡੀ ਕਰਨ ਦੀ ਲੋੜ ਹੈ ਉਹ ਤਰੀਕੇ ਸਾਡੇ ਪੰਜਾਬ ਦੇ ਵਿੱਚ ਪੈਦਾ ਕੀਤੇ ਜਾਣ ਕਰਜ਼ਾ ਮਾਫ਼ੀ ਦੀ ਲੋੜ ਨਹੀਂ 5-7 ਲੱਖ ਰੁਪਏ ਦੀ ਕਿਲੋ ਤੋਂ ਆਮ